तो गाइस मैं बताती हूँ कि जिस दिन मैंने खुशी चौधरी और विवेक चौधरी की स्नैप डाली थी, तो उस दिन मेरे को रिप्लाई आया हुआ था। किसका आया हुआ था रिप्लाई? वो था खुशी चौधरी का रिप्लाई। एंड शी रिप्लाइड, बट बताओ उसने क्या रिप्लाई किया होगा। ਖੁਸ਼ੀ ਪੰਜਾਬਣ ਅਤੇ ਵਿਵੇਕ ਚੌਧਰੀ ਦੇ ਡਿਵੋਰਸ ਦੀ ਨਿਊਜ਼ ਆ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਹੁੰਦੀ ਪਈ ਆ। ਕਿਹਾ ਜਾ ਰਿਹਾ ਕਿ ਇਹਨਾਂ ਦੋਨਾਂ ਦਾ ਡਿਵੋਰਸ ਹੋ ਚੁੱਕਿਆ ਗਾ, ਪਰ ਉੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਫੇਮਸ ਇੰਸਟਾਗ੍ਰਾਮਰ ਅਤੇ ਇਨਫਲੂਐਂਸਰ ਰਿਦਮਪ੍ਰੀਤ ਕੌਰ ਨੇ ਆਪਣੇ ਸਨੈਪਚੈਟ ਦੇ ਉੱਪਰ ਇੱਕ ਖੁਸ਼ੀ ਪੰਜਾਬਣ ਦੀ ਸਟੋਰੀ ਪਾਈ ਸੀ, ਜਿਸ ਤੋਂ ਬਾਅਦ ਖੁਸ਼ੀ ਪੰਜਾਬਣ ਦਾ ਇੱਕ ਰਿਪਲਾਈ ਆਇਆ ਜਿਸਦੇ ਵਿੱਚ ਖੁਸ਼ੀ ਨੇ ਖੁਦ ਦੱਸਿਆ ਕਿ ਸਾਡਾ ਕੋਈ ਡਿਵੋਰਸ ਨਹੀਂ ਹੋਇਆ, ਇਹ ਇੱਕ ਫੇਕ ਨਿਊਜ਼ ਆ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਫੈਲਾਈ ਜਾ ਰਹੀ ਹੈ। ਜਿਸ ਤੋਂ ਬਾਅਦ ਕੁਝ ਕੁ ਲੋਕ ਤਾਂ ਇਹੀ ਸੋਚਦੇ ਪਏ ਨੇ ਕਿ ਇਹਨਾਂ ਦਾ ਡਿਵੋਰਸ ਨਹੀਂ ਹੋਇਆ, ਪਰ ਉੱਥੇ ਹੀ ਲੋਕ ਇਹ ਵੀ ਕਹਿੰਦੇ ਪਏ ਨੇ ਕਿ ਜੇਕਰ ਇਹਨਾਂ ਦਾ ਡਿਵੋਰਸ ਨਹੀਂ ਹੋਇਆ ਤਾਂ ਇਹ ਲਾਈਵ ਆ ਕੇ ਜਾਂ ਕੋਈ ਵੀਡੀਓ ਪਾ ਕੇ ਇਹ ਕਿਉਂ ਨਹੀਂ ਦੱਸ ਦਿੰਦੇ ਕਿ ਇਹ ਫੇਕ ਨਿਊਜ਼ ਆ ਗਈ, ਕਿਉਂਕਿ ਇਹ ਬਹੁਤ ਗਲਤ ਨਿਊਜ਼ ਆ ਜਿਹੜੀ ਕਿ ਫੈਲਾਈ ਜਾ ਰਹੀ ਆ ਗਈ। ਇਸ ਬਾਰੇ ਉਹਨਾਂ ਦਾ ਬੋਲਣ ਦਾ ਹੱਕ ਜ਼ਰੂਰ ਬਣਦਾ, ਕਿਉਂਕਿ ਪਹਿਲਾਂ ਵੀ ਉਹ ਨਿੱਕੀ ਨਿੱਕੀ ਗੱਲ ਉੱਪਰ ਬੋਲਦੇ ਨਜ਼ਰ ਆਉਂਦੇ ਸੀ, ਪਰ ਹੁਣ ਤਾਂ ਬਹੁਤ ਵੱਡੀ ਗੱਲ ਆ ਜੋ ਕਿ ਹੋ ਰਹੀ ਹੈਗੀ। ਇਸ ਬਾਰੇ ਕਿਉਂ ਨਹੀਂ ਬੋਲਦੇ ਪਏ? ਬਾਕੀ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦਾ ਡਿਵੋਰਸ ਹੋਇਆ ਜਾਂ ਨਹੀਂ ਹੋਇਆ? ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ। ਰੱਬ ਰਾਖਾ।